ਲੋਕਡਾਊਨ ਨੂੰ ਲੈ ਕੇ ਕੀ ਕੀ ਸਮੱਸਿਆਵਾਂ ਜਿਹੜੀਆਂ ਹੁਣ ਠੀਕ ਹੈ ਲੋਕਡਾਊਨ ਸ਼ੁਰੂ ਕੀਤਾ ਗਿਆ ਆ ਉਹਨੂੰ ਲੈ ਕੇ ਕੀ ਸੋਚਦੇ ਹੋ ਵੀ ਕਿੱਦਾਂ ਦਾ ਜਿਹੜਾ ਦੇਖੋ ਜੀ ਲੋਕ ਤਾਂ ਪਹਿਲਾਂ ਅਵੇਅਰ ਹੈਗੇ ਆ ਪਰ ਜੇ ਕੁਛ ਲੋਕ ਹੈਗੇ ਆ ਜਿਹੜੇ ਬਿਨਾਂ ਮਾਸਕ ਤੋਂ ਆ ਰਹੇ ਆ ਉਹ ਪੁਲਿਸ ਵਾਲੇ ਲਗਾਤਾਰ ਉਹਨਾਂ ਦਾ 500 ਰੁਪਏ ਚਲਾਨ ਕਰਦੀ ਪਈਗੀ ਲੋਕਾਂ ਨੂੰ ਆਪਣਾ ਪਹਿਲਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਚਾਹੀਦਾ ਕਿ ਘਰੋਂ ਪਹਿਲਾਂ ਮਾਸਕ ਪਾ ਕੇ ਹੀ ਨਿਕਲਣ ਬਾਹਰ ਕਿਉਂਕਿ ਜੇ ਉਹਨਾਂ ਦੇ ਘਰ 4-5-10 ਮੈਂਬਰ ਆਪਣੇ ਡਿਪੈਂਡ ਹੈਗੇ ਆ ਜੇ ਕਿਸੇ ਮਹਾਰਾਜ ਨਗਰ ਇੱਕ ਬੰਦੇ ਨੂੰ ਹੋ ਜਾਵੇ ਤਾਂ ਉਹ 10 ਬੰਦੇ ਨੂੰ ਨਾਲ ਪੋਜ਼ਿਟਿਵ ਕਰ ਦੇਗਾ ਜਿਹੜਾ ਲੋਕਡਾਊਨ ਆ ਲੋਕਡਾਊਨ ਦੇ ਵਿੱਚ ਜਿਹੜੀ ਕੰਮ ਕਾਜ ਦੀ ਦਸ਼ਾ ਹੋਈ ਹੈ ਉਹ ਪਹਿਲੇ ਲੋਕਡਾਊਨ ਦੇ ਵਿੱਚ ਪਹਿਲਾਂ ਬਹੁਤ ਬੁਰੀ ਹੋਈ ਹੈ ਜਿਹੜਾ ਗਾਹਕ ਇਸ ਟਾਈਮ ਦੁਕਾਨਦਾਰ ਕੋਲ ਹੈਗਾ ਸਿਰਫ 5 ਪੈਸੇ ਹੈਗਾ 95 ਪੈਸੇ ਗਾਹਕ ਨਹੀਂ ਹੈਗਾ 2-2 ਦਿਨ ਤਾਂ ਦੁਕਾਨਦਾਰ ਬੋਣੀ ਵੀ ਨਹੀਂ ਕਰਦਾ ਹੈਗਾ ਬਹੁਤ ਹਾਲਾਤ ਮਾੜੇ ਹੋਏ ਪਏ ਆ ਕੈਪਟਨ ਸਾਹਿਬ ਸ਼ਰਾਬਾਂ ਨੂੰ ਦੇ ਰਹੇ ਆ ਕਿ ਸ਼ਰਾਬ ਦੇ ਠੇਕੇ ਸਾਰਾ 8 ਦਿਨ ਖੁੱਲ੍ਹਣਗੇ 7 ਦਿਨ ਖੁੱਲ੍ਹਣਗੇ ਦੁਕਾਨਦਾਰ 'ਤੇ ਸਮੱਸਿਆ ਪੈ ਰਹੀ ਮਿਡਲ ਕਲਾਸ 'ਤੇ ਹੀ ਜ਼ਿਆਦਾ ਫਰਕ ਪੈ ਰਿਹਾ ਇਹ ਤੁਸੀਂ ਦੇਖ ਲਓ ਕਿ ਜਿਹੜਾ ਦੁਕਾਨਦਾਰ ਕੋਈ ਵੀ ਹੈਗਾ ਸਵਾਲ ਵੀ ਆ ਰਿਹਾ ਸੀਗਾ ਵੀ ਲੋਕਡਾਊਨ ਕਰ ਦਿੱਤਾ ਗਿਆ ਵੀ 24 ਘੰਟੇ 5 ਵਜੇ ਤੋਂ ਲੈ ਕੇ ਐਤਵਾਰ 5 ਵਜੇ ਤੱਕ ਪਰ ਜਿਹੜੇ ਸ਼ਰਾਬ ਦੇ ਠੇਕੇ ਹੈਗੇ ਉਹਨਾਂ ਨੂੰ 8-8 ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਜੇ 8-8 ਠੇਕੇ ਖੁੱਲ੍ਹਣਗੇ ਅਤੇ ਉਹਦੇ ਵਿੱਚ ਜਿਹੜੇ 5 ਤੋਂ 5 ਵਜੇ ਤੱਕ ਲੋਕਡਾਊਨ ਬੰਦ ਰਹੇਗਾ 5 ਵਜੇ ਤੱਕ ਲੋਕਡਾਊਨ ਸ਼ੁਰੂ ਹੋ ਜਾਏਗਾ ਕੈਪਟਨ ਸਾਹਿਬ ਨੇ ਕਿਹਾ ਕਿ ਜਿਹੜਾ ਘਰੋਂ ਬੰਦਾ ਬਾਹਰ ਨਹੀਂ ਨਿਕਲੇਗਾ ਪਰ ਠੇਕੇ ਖੁੱਲ੍ਹਣਗੇ ਜੇ ਠੇਕੇ ਖੁੱਲ੍ਹਣਗੇ ਤਾਂ ਬੰਦਾ ਘਰੋਂ ਹੀ ਆਫਟਰ ਆਏਗਾ ਲੈਣ ਲਈ ਉਹ ਬੰਦਾ ਘਰੋਂ ਨਿਕਲ ਕੇ ਆਏਗਾ ਸ਼ਰਾਬ ਲੈਣ ਲਈ ਸ਼ਰਾਬ ਦੇ ਠੇਕੇ ਵੀ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਇਹ ਜਿਸ ਲੋਕਡਾਊਨ ਸੰਪੂਰਨ ਕਰਨਾ ਹੈਗਾ ਇਹਨਾਂ ਨੂੰ ਰੂਲ ਸਾਰਿਆਂ ਲਈ ਇੱਕ ਰੱਖਣਾ ਚਾਹੀਦਾ ਇਹ ਕਿ ਜੇ ਬੰਦਾ ਘਰੋਂ ਨਿਕਲੇਗਾ ਤਾਂ ਤਾਂ ਹੀ ਸ਼ਰਾਬ ਨਿਕਲੇਗਾ ਰਸਤੇ ਵਿੱਚ ਚਲਾਨ ਵੀ ਪਹਿਲਾਂ ਕਰਾਏਗਾ ਪੁਲਿਸ ਨੂੰ ਭੁਗਤੇਗਾ ਪਹਿਲਾਂ ਇਹ ਗਲਤ ਹੈਗਾ ਜੀ ਮੈਂ ਲੋਕਡਾਊਨ ਹੋਣਾ ਨਹੀਂ ਚਾਹੀਦਾ ਲੋਕ ਅੱਗੇ ਨਾਲ ਬਹੁਤ ਜ਼ਿਆਦਾ ਪ੍ਰੋਟੈਕਟ ਹੈਗੇ ਨੇ ਆਪਣੇ ਆਪ ਨੂੰ ਉਹਨਾਂ ਦੀ ਡਰਾਅ ਬਹੁਤ ਜ਼ਿਆਦਾ ਹੈਗਾ ਕਰੋਨਾ ਦਾ ਕਿਉਂਕਿ ਇਸ ਟਾਈਮ ਸਰਕਾਰ ਨੇ ਕਹਿ ਤਾ ਕਿ ਆਤਮ ਨਿਰਭਰ ਦਾ ਮਤਲਬ ਇਹ ਹੈਗਾ ਕਿ ਸਰਕਾਰ ਨੇ ਕੋਈ ਵੀ ਰੁਪਈਆ ਤੁਹਾਡੇ 'ਤੇ ਸਪੈਂਡ ਨਹੀਂ ਕਰਨਾ ਜੇ ਤੁਸੀਂ ਪੋਜ਼ਿਟਿਵ ਬੰਦਾ ਹੁੰਦਾ ਵਾ ਅਤੇ ਉਹਨੂੰ ਆਪਣੇ ਪੈਸੇ ਜਿਹੜੇ ਇਲਾਜ ਲਈ ਉਹਨੂੰ ਆਪਣੇ ਆਪ ਬਾਏ ਸੈਲਫ ਲਾਉਣੇ ਪੈਣੇ ਆ ਅਤੇ ਕਿਸੇ ਵੀ ਤੁਸੀਂ ਹਸਪਤਾਲ ਚਲੇ ਜਾਓ ਕੋਈ ਬੰਦੇ ਜਾ ਕੇ ਤੁਸੀਂ ਨੋਰਮਲ ਕਹਿ ਦਿਓ ਕਿ ਮੈਨੂੰ ਬੁਖਾਰ ਹੈਗਾ ਉਹ ਕੋਈ ਨਹੀਂ ਚੈੱਕ ਕਰ ਰਿਹਾ ਨਾ ਕੋਈ ਬੈੱਡ ਹੈਗੇ ਆ ਨਾ ਕੋਈ ਉਹਨਾਂ ਦਾ ਇਸ ਟਾਈਮ ਟ੍ਰੀਟਮੈਂਟ ਹੈਗਾ ਇਹਨਾਂ ਦਾ ਕਰੋਨਾ ਦਾ ਵੈਸੇ ਹੀ ਵੈਕਸੀਨ ਆਈ ਨਹੀਂ ਗੀ ਪੂਰੀ ਦੁਨੀਆ ਦੇ ਵਿੱਚ ਇਹ ਲੋਕਾਂ ਨੂੰ ਆਪ ਨੂੰ ਚਾਹੀਦਾ ਕਿ ਪੈਸੇ ਕਮਾਉਣੇ ਜ਼ਰੂਰੀ ਇੰਨੇ ਵੀ ਨਹੀਂ ਗਏ ਕਿ ਜਿੰਨੀ ਬਿਮਾਰੀ ਘਰ ਲੈ ਕੇ ਚਲੇ ਜਾਈਏ ਬਿਮਾਰੀ ਤੋਂ ਬਚਣ ਲਈ ਦੇਖੋ ਜੀ ਇਸ ਮੌਸਮ ਤੁਹਾਨੂੰ ਪਤਾ ਕਿ ਜੂਨ ਜੁਲਾਈ ਦੇ ਵਿੱਚ ਲੋਕਾਂ ਨੂੰ ਖੰਘ ਬੁਖਾਰ ਵਗੈਰਾ ਹੁੰਦਾ ਵਾ ਜੇ ਇੱਥੇ ਕਿਸੇ ਚਲੀਏ ਇੰਨਾ ਵੀ ਝੂਠਾ ਐਕਸਕਿਊਜ਼ ਲੈ ਲੈਣ ਕਿ ਇਹਨੂੰ ਕਰੋਨਾ ਆਇਆ ਸੀ ਇਹਨੂੰ ਫਲਾਣਾ ਆਇਆ ਜੀ ਇਹ ਤਾਂ ਛੋਟੀ ਮੋਟੀ ਤਾਂ ਜਿਹੜੀ ਚੱਲਦੀ ਰਹਿੰਦੀ ਕਿ ਬਿਮਾਰ ਹੋ ਗਏ ਖੰਘ ਹੋ ਗਈ ਹੈ ਉਹ ਖੰਘ ਵਾਲੇ ਨੂੰ ਕਹਿ ਦਿੰਦੇ ਇਹ ਕਰੋਨਾ ਹੋ ਗਿਆ ਇਹ ਕੰਮ ਗਲਤ ਹੈਗਾ ਅੱਜ ਦਾ ਜਿਹੜਾ ਸਮਾਚਾਰ ਹੈ ਜੋ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਆਈਆਂ ਆ ਪਹਿਲਾਂ ਤਾਂ ਕਹਿੰਦੇ ਸੀ ਵੀ ਸ਼ਨੀ ਐਤਵਾਰ 2 ਦਿਨ ਬੰਦ ਰਹੇਗਾ ਪਰ ਸ਼ਾਮ 5 ਵਜੇ ਤੋਂ ਬਾਅਦ ਪਤਾ ਲੱਗਾ ਵੀ ਜਿਹੜਾ ਕੁਝ ਦੁਕਾਨਾਂ ਖੁੱਲ੍ਹਣਗੀਆਂ ਅਤੇ ਆਵਾਜਾਈ ਤਾਂ ਤੁਰਨ ਮਾੜੀ ਮੋਟੀ ਚੱਲਦੀ ਹੈ ਜਿਹਨੇ ਕਿਸੇ ਜ਼ਰੂਰੀ ਕੰਮ ਜਾਣਾ ਆ ਕਿਸੇ ਨੇ ਮੈਡੀਕਲ ਲੈਣ ਜਾਣਾ ਆ ਕਿਸੇ ਨੇ ਹੋਸਪਿਟਲ ਜਾਣਾ ਆ ਆਪਾਂ ਉਹਨਾਂ ਚੀਜ਼ਾਂ ਨੂੰ ਉਹਨਾਂ ਵਹੀਕਲਾਂ ਨੂੰ ਆਪਾਂ ਨਹੀਂ ਰੋਕ ਸਕਦੇ ਜੋ ਪੰਜਾਬ ਸਰਕਾਰ ਦੀਆਂ ਸੋ ਸ਼੍ਰੀ ਅੱਗੇ ਜੋ ਹਦਾਇਤਾਂ ਹੈਗੀਆਂ ਆ ਉਹਦੇ ਮੁਤਾਬਕ ਹੀ ਆਪਾਂ ਇਹ ਜਿਹੜਾ ਕੰਮ ਕਰ ਰਹੇ ਹਾਂ ਜੀ ਹਾਂਜੀ ਚੱਕਰ ਤਾਂ ਇਹ ਆ ਜਿਹੜੇ ਠੇਕਿਆਂ ਵਾਲੀ ਗੱਲਬਾਤ ਕਰਦੇ ਹਾਂ ਇਹ ਜਿਹੜਾ ਐਕਸਾਈਜ਼ ਮਹਿਕਮਾ ਆ ਇਹ ਉਹਨਾਂ ਦੀ ਵਿੱਚ ਗੱਲਬਾਤ ਹੈਗੀ ਆ ਉਹਨਾਂ ਨੇ ਡਿਸਕਸ ਕਰਕੇ ਸੀਨੀਅਰ ਅਫਸਰਾਂ ਵੱਲੋਂ ਕੀਤੀ ਹੋਈ ਗੱਲ ਉਸ ਹਿਸਾਬ ਨਾਲ ਹੀ ਇਹ ਰਜਿਸਟਰ ਵੀ ਕੀਤੀ ਗਈ ਹੈ ਹਾਂਜੀ ਇਹ ਜਿਹੜੀ ਆਮ ਪਬਲਿਕ ਉਹਨਾਂ ਦਾ ਵੀ ਆਪਾਂ ਰੋਕਾਂਗੇ ਜੀ ਜਿੱਦਾਂ ਬਿਨਾਂ ਕੰਮ ਤੋਂ ਨਹੀਂ ਜ਼ਰੂਰੀ ਥੋੜੋ ਵੀ ਉਹ ਜਿਹੜਾ ਠੇਕੇ 'ਤੇ ਆਏ ਖੜੇਗਾ ਫਿਰ ਹੀ ਪਤਾ ਲੱਗੇਗਾ ਹਾਂਜੀ ਉਹ ਤਾਂ ਠੇਕੇ 'ਤੇ ਖੜਾ ਹੋਊਗਾ ਤਾਂ ਫਿਰ ਹੀ ਪਤਾ ਲੱਗੇਗਾ ਜੀ ਉਹ ਤਾਂ ਹੁਣ ਆਮ ਪਬਲਿਕ ਕੋਈ ਵੀ ਨਿਕਲੇਗਾ ਹੀ ਨਹੀਂ ਸਿਰਫ ਉਹੀ ਆਏਗਾ ਜਿਹਨੂੰ ਬਾਹਲੀ ਐਮਰਜੈਂਸੀ ਆ ਕੋਈ ਜੀ ਹਾਂਜੀ